ਸਤਿ ਸ਼੍ਰੀ ਅਕਾਲ ਜਾਨੀ ਤੈਸ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮੁਨੀਸ਼ ਵਿਸ਼ੇਸ਼ ਇਸ ਵਕਤ ਮੌਜੂਦ ਹਾਂ ਲੁਧਿਆਣਾ ਦੇ ਬੱਸ ਅੱਡੇ ਦੇ ਵਿੱਚ ਜਿੱਥੇ ਕਿ ਦੱਸ ਦਈਏ ਕਿ ਪੂਰੇ ਭਾਰਤ ਜਿਹੜਾ ਬੰਦ ਦੀ ਜਿਹੜੀ ਹੈ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਉਸ ਤੋਂ ਬਾਅਦ ਜਿਹੜੇ ਪਨਬੱਸ ਪੀਟੀਸੀ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਬੱਸਾਂ ਦੀਆਂ ਜਿਹੜੀਆਂ ਹੜਤਾਲ ਕਰ ਦਿੱਤੀ ਗਈ ਸੀ। ਇੱਕ ਦਿਨ ਦੇ ਲਈ ਜਿਹੜਾ ਕੋਈ ਵੀ ਬੱਸ ਜਿਹੜੀ ਹੈ ਨਹੀਂ ਚੱਲਣ ਦੀ ਜਿਹੜੀ ਸੰਭਾਵਨਾ ਦੱਸੀ ਜਾ ਰਹੀ ਸੀ। ਤੇ ਉੱਥੇ ਨਾਲ ਹੀ ਜੇ ਗੱਲ ਕਰੀਏ ਤਾਂ ਬੱਸ ਅੱਡੇ ਲੁਧਿਆਣੇ ਦੀ ਤਾਂ ਲੁਧਿਆਣੇ ਦੇ ਵਿੱਚ ਵੀ ਜਿਹੜਾ ਇੱਥੇ ਪੂਰਾ ਅਸਰ ਦੇਖਣ ਨੂੰ ਮਿਲ ਰਿਹਾ। ਲੇਕਿਨ ਜੇ ਗੱਲ ਕਰੀਏ ਬੱਸਾਂ ਦੀ ਤੇ ਬੱਸ ਵੀ ਕੋਈ ਵੀ ਜਿਹੜੀ ਇੱਥੇ ਨਹੀਂ ਚੱਲਦੀ ਹੋਈ ਨਜ਼ਰ ਆਈ। ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਖਿਲਾਫ ਜਿਹੜਾ ਇਸ ਵੱਲੋਂ ਬੱਸ ਅੱਡਾ ਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਕਿ ਅੱਜ ਜਿਹੜਾ ਉਹਨਾਂ ਦੇ ਵੱਲੋਂ ਇੱਕ ਕਾਲ ਵੀ ਦਿੱਤੀ ਗਈ ਸੀ ਕਿ ਕੋਈ ਵੀ ਜਿਹੜੀ ਬੱਸ ਜਿਹੜੀ ਇੱਥੇ ਨਹੀਂ ਚੱਲੇਗੀ। ਫਿਲਹਾਲ ਦੇਖ ਸਕਦੇ ਹੋ ਇੱਕ ਵਾਰੀ ਮਾਹੌਲ ਤੁਹਾਨੂੰ ਦਿਖਾ ਰਹੇ ਹਾਂ, ਜਿਹੜੀਆਂ ਬੱਸਾਂ ਇੱਥੇ ਖੜੀਆਂ ਤਾਂ ਜ਼ਰੂਰ ਹੈ ਲੇਕਿਨ ਇੱਕ ਵੀ ਜਿਹੜੀ ਬੱਸ ਇੱਥੇ ਚੱਲਦੀ ਹੋਈ ਨਹੀਂ ਨਜ਼ਰ ਆ ਰਹੀ। ਜਿਵੇਂ ਕੈਪਸ਼ਨ ਵੀ ਦੇਖ ਸਕਦੇ ਹੋ, ਇਸ ਤਰ੍ਹਾਂ ਦਾ ਕਦੇ ਵੀ ਮਾਹੌਲ ਜਿਹੜਾ ਇੱਥੇ ਨਹੀਂ ਦੇਖਿਆ ਹੋਇਆ, ਲੇਕਿਨ ਦੇਖ ਸਕਦੇ ਹੋ ਇੱਕ ਤਰ੍ਹਾਂ ਦਾ ਬਿਲਕੁਲ ਸ਼ਾਂਤਮਈ ਜਿਹੜਾ ਬੱਸ ਅੱਡਾ ਜਿੱਥੇ ਇੱਥੇ ਨਜ਼ਰ ਆ ਰਿਹਾ। ਕੋਈ ਵੀ ਜਿਹੜੀ ਹੈ ਸਵਾਰੀ ਇੱਥੇ ਜ਼ਰੂਰ ਜਿਹੜੀ ਇੱਥੇ ਨਜ਼ਰ ਆ ਰਹੀ ਹੈ, ਲੇਕਿਨ ਜਿਹੜਾ ਬੱਸ ਜਿਹੜੀ ਹੈ ਨਹੀਂ ਚੱਲਦੀ ਹੋਈ ਨਜ਼ਰ ਆ ਰਹੀ। ਗੱਲਬਾਤ ਵੀ ਕਰਾਂਗੇ ਜਿਹੜੀਆਂ ਸਵਾਰੀਆਂ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਕਿ ਕਿਸ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਸਰ ਕਿਆ ਨਾਮ ਹੈ ਆਪਣਾ? ਮੇਰਾ ਨਾਮ ਦੀਪਕ ਹੈ। ਦੀਪਕ ਜੀ ਕਹਾਂ ਜਾਣਾ ਹੈ? ਮੈਨੇ ਮੋਗਾ ਜਾਣਾ ਹੈ। ਮੋਗਾ ਜਾਣਾ? ਹਾਂਜੀ। ਤੋ ਆਜ ਤੋ ਬੱਸੇ ਬੰਦ ਸੀ, ਆਪਕੋ ਮਾਲੂਮ ਨਹੀਂ ਥਾ? ਮੇਰੇ ਕੋ ਮਾਲੂਮ ਨਹੀਂ ਥਾ, ਜਬ ਮੈਂ ਦੇਹਰਾਦੂਨ ਸੇ ਆਇਆ ਥਾ ਮੈਂ ਚੰਡੀਗੜ੍ਹ। ਤੋ ਕਿਆ ਕਹਿ ਰਹੇ ਹੈ? ਅਬ ਅਭੀ ਆਪਨੇ ਪੁੱਛਾ ਹੈ ਤੋ ਕਿਆ ਕਹਿ ਰਹੇ ਹੈ, ਬੱਸ ਚਲੇਗੀ ਕਿ ਨਹੀਂ ਚਲੇਗੀ? ਪਤਾ ਨਹੀਂ, ਕੋਈ ਮਨਾ ਕਰ ਰਹੇ। ਫਿਰ ਕੈਸੇ ਕਿਆ ਮੋਗਾ ਕੋਈ ਕੰਮ ਥਾ ਕਿ ਕੈਸੇ? ਮੋਗਾ ਮੈਂ ਜੌਬ ਕਰਤੇ ਹੈ, ਹੋਟਲ ਲਾਈਨ ਮੈਂ। ਹੋਟਲ ਲਾਈਨ? ਤੋ ਆਜ ਅਬ ਬੱਸ ਨਹੀਂ ਮਿਲ ਰਹੀ ਤੋ ਕੈਸਾ ਕਰ ਰਹੇ? ਕੋਈ ਬੋਲੇ 4-5 ਵਜੇ ਮਿਲੇਗੀ ਸ਼ਾਮ। 4-5 ਵਜੇ ਕੇ ਬਾਅਦ? ਹਾਂ। ਫਿਰ ਅਭੀ ਨੁਕਸਾਨ ਹੋ ਗਿਆ ਤੋ ਫੋਨ ਫੋਨ ਕੀਆ ਹੈ ਕਿ ਨਹੀਂ ਕਿ ਭਾਈ ਬੱਸ ਵਗੈਰਾ ਨਹੀਂ ਮਿਲ ਰਹੀ? ਨਹੀਂ, ਫੋਨ ਤੋ ਕੀਆ ਜੀ। ਹਾਂਜੀ। ਤੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਰ ਕੀ ਨਾਮ ਹੈ ਜੀ? ਛੋਟੇ ਲਾਲ ਨਾਮ ਹੈ। ਛੋਟੇ ਲਾਲ ਜੀ ਕਿੱਧਰ ਜਾਣਾ ਹੈ ਆਪਕੋ? ਰਾਏਕੋਟ ਜਾਣਾ ਹੈ। ਰਾਏਕੋਟ ਜਾਣਾ ਹੈ? ਹਾਂਜੀ। ਅੱਜ ਬੱਸੇ ਜੋ ਬੰਦ ਹੈ ਕੈਸੇ ਦੇਖ ਰਹੇ ਹੋ? ਬਸ ਤੋ ਬੰਦ ਹੈ, ਬੱਸ ਦਾ ਸਾਮ ਖੁੱਲੇਗਾ। ਹਮ ਟਰੇਨ ਸੇ ਉਤਰੇ, ਹਮਕੋ ਕਿਆ ਪਤਾ ਹੈ ਕਿ ਬੱਸ ਬੰਦ ਹੈ ਕਿਆ ਹੈ ਜੀ? ਹਾਂਜੀ। ਤੋ ਕੈਸੇ ਉਹ ਕਰ ਰਹੇ ਹੋ ਕਿ ਬੱਸੇ ਜੋ ਜ਼ਰੂਰੀ ਹੁੰਦਾ ਹੈ ਅੱਜ ਬੰਦ ਕਰ ਦਿਆ ਗਿਆ ਹੈ, ਕੈਸਾ ਲੱਗ ਰਿਹਾ ਹੈ? ਹਾਂ ਤੋ ਬੰਦ ਹੋ ਗਿਆ ਤੋ ਬੱਸ ਦਾ ਸਾਮ ਖੁੱਲੇਗਾ, ਨਹੀਂ ਹੋਗਾ ਫਿਰ ਔਰ ਕਹੀਂ ਰਹੇਗੇ, ਜਾ ਕੇ ਸੋਤੇ ਬੈਠੇ ਕਿਆ ਕਰੇਗਾ ਜੀ? ਕਿਸ ਤਰ੍ਹਾਂ ਜਿਹੜੇ ਲੋਕ ਜਿਹੜੇ ਇੱਥੇ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ। ਗੱਲਬਾਤ ਵੀ ਦੇਖ ਸਕਦੇ ਹੋ ਫੋਨ ਦੇ ਨਾਲ ਜਿਹੜੀ ਗੱਲਬਾਤ ਵੀ ਕਰਕੇ ਜਿਹੜੀ ਦੱਸੀ ਜਾ ਰਹੀ ਹੈ ਕਿ ਅਸੀਂ ਜਿਹੜੇ ਇੱਥੇ ਲੁਧਿਆਣੇ ਦੇ ਵਿੱਚ ਜਿਹੜੇ ਫਸ ਗਏ ਹਾਂ। ਗੱਲਬਾਤ ਵੀ ਕਰਾਂਗੇ ਸਰ ਦੇ ਨਾਲ। ਸੋ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੋਕ ਵੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ, ਫੋਨ ਤੇ ਵੀ ਗੱਲਬਾਤ ਕਰਕੇ ਜਿਹੜਾ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਜਿਹੜੇ ਲੁਧਿਆਣੇ ਬੱਸ ਅੱਡੇ ਜਿਹੜੇ ਫਸ ਗਏ ਹਾਂ। ਕੋਈ ਵੀ ਜਿਹੜੀ ਇੱਥੋਂ ਬੱਸ ਜਿਹੜੀ ਹੈ ਨਹੀਂ ਨਜ਼ਰ ਆ ਰਹੀ, ਲੇਕਿਨ ਦੱਸ ਦਈਏ ਕਿ ਜਿਹੜਾ ਪ੍ਰੋਟੈਸਟ ਜਿਹੜਾ ਜਾਰੀ ਹੈ, ਲੇਕਿਨ ਉਹਨਾਂ ਦੇ ਵੱਲੋਂ ਬੱਸ ਮੁਲਾਜ਼ਮਾਂ ਦੇ ਵੱਲੋਂ ਇੱਕੋ ਹੀ ਗੱਲ ਜਿਹੜੀ ਹੈ ਕਹੀ ਜਾ ਰਹੀ ਹੈ ਕਿ ਜਿਹੜੇ ਅਸੀਂ ਜਿਹੜੀ ਹੈ ਹਿੱਟ ਐਂਡ ਰਨ ਕਾਨੂੰਨ ਦਾ ਜਿਹੜਾ ਵਿਰੋਧ ਕਰਦੇ ਹਾਂ, ਤੇ ਇਹ ਜਿਹੜਾ ਕੇਂਦਰ ਸਰਕਾਰ ਜਲਦ ਤੋਂ ਜਲਦ ਜਿਹੜਾ ਇਹ ਕਾਨੂੰਨ ਜਿਹੜਾ ਲੈ ਕੇ ਆਈਏ, ਇਸ ਨੂੰ ਵਾਪਸ ਕੀਤਾ ਜਾਵੇ। ਲੇਕਿਨ ਜਿਹੜੇ ਲੋਕ ਜਿਹੜੇ ਇੱਥੇ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ, ਲੇਡੀਜ਼ ਵੀ ਜਿਹੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਡਮ ਕੀ ਨਾਮ ਹੈ ਜੀ? ਜੀ ਮੈਮ ਕੀ ਨਾਮ? ਸੋ ਕੁਛ ਲੋਕ ਜਿਹੜੇ ਇਤਰਾਜ਼ ਵੀ ਕਰ ਰਹੇ ਨੇ ਕਿ ਜਿਹੜਾ ਅਸੀਂ ਨਹੀਂ ਬੋਲਣਾ ਚਾਹੁੰਦੇ, ਲੇਕਿਨ ਜਿਹੜੇ ਲੋਕ ਤੰਗ ਪਰੇਸ਼ਾਨ ਵੀ ਹੁੰਦੇ ਕਿਤੇ ਨਾ ਕਿਤੇ ਕੋਈ ਕੰਮ ਜ਼ਰੂਰੀ ਵੀ ਹੁੰਦਾ। ਮੈਮ ਕੀ ਨਾਮ ਹੈ ਜੀ? ਬਲਵਿੰਦਰ ਕੌਰ। ਬਲਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਅੱਜ ਬੱਸਾਂ ਬੰਦ ਨੇ, ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋ ਰਹੀ ਹੈ? ਪਰੇਸ਼ਾਨੀ ਤਾਂ ਬਹੁਤ ਹੋ ਰਹੀ ਹੈ ਜੀ। ਕਿੱਥੇ ਜਾਣਾ ਸੀ ਅਸੀਂ? ਬਰਨਾਲੇ ਤੋਂ ਅੱਗੇ ਜਲਾਲ ਜਾਣਾ ਹੈ। ਜਲਾਲ ਜਾਣਾ? ਤੇ ਅੱਜ ਤੁਹਾਨੂੰ ਪਤਾ ਸੀਗਾ ਕਿ ਬੱਸਾਂ ਜਿਹੜੀਆਂ ਬੰਦ? ਨਹੀਂ ਪਤਾ ਨਹੀਂ ਸੀਗਾ, ਜੇ ਪਤਾ ਹੁੰਦਾ ਸੀ ਉਦੋਂ ਹੀ ਨਾ ਜੀ। ਕਿੱਥੋਂ ਦੀ ਆਏ? ਹਾਂਜੀ ਕਿੱਥੋਂ ਆਏ ਹੋ? ਲੁਧਿਆਣੇ ਲੋਕਲ? ਨਹੀਂ ਅਸੀਂ ਉਧਰੋਂ ਆਏ ਆ, ਬਰਨਾਲੇ ਤੋਂ ਅੱਗੇ ਜਲਾਲ, ਜਲਾਲ ਤੋਂ ਅੱਗੇ ਰੋਂਤੇ ਜੀ। ਤੋ ਕਿਸ ਤਰ੍ਹਾਂ ਦੇਖਦੇ ਹੋ ਹੁਣ ਜਿਹੜਾ ਬੱਸ ਵਾਲੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਹੈ ਤੇ ਕੀ ਕਹਿ
ਜਿਹੜੀ ਬੱਸ ਤੁਹਾਨੂੰ ਮਿਲ ਜੇ ਮਿਲ ਜੇ ਤਾਂ ਵਧੀਆ ਹੀ ਆ ਜੀ। ਕਦ ਤੱਕ ਕੁਝ ਕਨਫਰਮ ਵਗੈਰਾ ਕੀਤਾ ਕਿ ਆਵੀ ਚੱਲੇਗੀ ਕਿ ਨਹੀਂ ਚੱਲੇਗੀ? ਵੈਸੇ ਤਾਂ ਅੱਜ ਜਿਹੜਾ ਕਹਿੰਦੇ ਆ ਨਹੀਂ ਚੱਲਣੀ, ਕਹਿੰਦੇ 5 ਵਜੇ ਤੋਂ ਬਾਅਦ ਸ਼ਾਇਦ ਜੇ ਚੱਲ ਪਵੇ ਤਾਂ ਚੱਲ ਪਏ ਤਾਂ ਵਧੀਆ ਹੀ ਆ। ਕਿਸ ਤਰ੍ਹਾਂ ਖਜਲਖਵਾਰ ਵੀ ਹੋਣਾ ਪੈਂਦਾ ਹੁੰਦੇ ਤਾਂ ਹੈਗੇ ਆ, ਖੜੇ ਆ ਅਸੀਂ ਜੀ। ਕਿੰਨੀ ਦੇਰ ਤੋਂ ਜਿਹੜੀ ਵੇਟ ਕਰ ਰਹੇ ਅਸੀਂ? ਕੱਲ ਦੇ ਕਰਦੇ ਪਏ ਆ, ਕੱਲ ਦੀ ਬੱਸ ਦੀ। ਹਾਂਜੀ ਠੀਕ ਹੈ। ਹੋਰ ਵੀ ਜਿਹੜੇ ਲੋਕ ਨੇ ਜਿਹੜੇ ਤੰਗ ਪਰੇਸ਼ਾਨ ਵੀ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਜਿਹੜਾ ਇੱਥੇ ਜਿਹੜੇ ਲੋਕ ਜਿਹੜੇ ਬਾਹਰੋਂ ਆਊਟ ਆਫ ਸਟੇਸ਼ਨ ਤੋਂ ਵੀ ਜਿਹੜੇ ਲੋਕ ਜਿਹੜੇ ਬੱਸਾਂ ਦੇ ਵਿੱਚ ਜਿਹੜੇ ਜ਼ਿਆਦਾਤਰ ਸਫ਼ਰ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ। ਕਹਿ ਰਹੇ ਕਿ ਅਸੀਂ ਜਿਹੜੇ ਕੱਲ੍ਹ ਦੇ ਜਿਹੜੇ ਇੱਥੇ ਮੌਜੂਦ ਹਨ, ਸੋ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼। ਸਰ ਕੀ ਨਾਮ ਹੈ ਆਪਣਾ? ਸਰ ਵੀਰੇਂਦਰ ਕੁਮਾਰ ਮੋਰ। ਕਿਆ ਕਹਿਣਾ ਚਾਹੋਗੇ ਜੋ ਅੱਜ ਬੱਸ ਨਹੀਂ ਮਿਲ ਰਹੀ? ਆਪਕੋ ਮਾਲੂਮ ਥਾ ਕਿ ਆਜ ਬੱਸ ਨਹੀਂ? ਮੁਝੇ ਤਾਂ ਮਾਲੂਮ ਨਹੀਂ ਥਾ, ਯਹਾਂ ਆ ਕੇ ਮਾਲੂਮ ਚਲਾ ਕਿ ਆਜ ਸਟ੍ਰਾਈਕ ਹੈ ਜੀ। ਤੋ ਹਮ ਲੋਗ ਤੋ ਯੂਪੀ ਸੇ ਆਏ ਹੋਏ ਹੈ, ਰਾਏਬਰੇਲੀ ਸੇ ਜੀ। ਤੋ ਹਮਾਰੀ ਸਿਸਟਰ ਹੈ ਜੀ, ਇਸਕਾ ਇਗਜ਼ਾਮ ਲਗਾ ਹੁਆ ਹੈ, ਇਗਜ਼ਾਮ ਥਾ। ਅਬ ਇਸ ਲੇਕਰ ਹਮ ਲੋਗ ਬਹੁਤ ਪਰੇਸ਼ਾਨ ਹੋ ਗਏ। ਅਬ ਹਮੇ ਜਾਣਾ ਹੈ ਰਾਏਕੋਟ। ਰਾਏਕੋਟ ਜਾਣਾ? ਹਾਂ ਜੀ। ਤੋ ਕੈਸਾ ਦੇਖਤੇ ਹੋ ਯਹਾਂ ਸੇ? ਕੋਈ ਸਾਧਨ ਹੀ ਨਹੀਂ ਹੈ, ਕੋਈ ਪ੍ਰਾਈਵੇਟ ਸਾਧਨ ਕਰਕੇ ਨਿਕਲਣਾ ਪੜੇਗਾ ਕਿਉਂਕਿ ਇਗਜ਼ਾਮ ਲਗਾ ਹੁਆ ਹੈ ਜੀ। ਕਦ ਹੈ ਇਗਜ਼ਾਮ? ਇਗਜ਼ਾਮ ਕੱਲ ਹੀ ਲਗਾ ਹੈ, ਕੱਲ ਹੈ। ਹਾਂ ਜੀ, ਮੈਡੀਕਲ ਦਾ ਇਗਜ਼ਾਮ ਹੈ ਜੀ। ਤੋ ਆਪਨੇ ਬਾਤਚੀਤ ਕੀ ਬੱਸ ਵਾਲੋਂ ਸੇ ਕਿ ਕਬ ਤੱਕ ਜੋ ਬੱਸੇ ਚਲ ਜਾਏਗੀ? ਅਭੀ ਮੈਂ ਗਿਆ ਥਾ ਇਨਕੁਆਇਰੀ ਮੇਂ, ਪੂਛਤਾਛ ਕੀਆ, ਤੋ ਵਹਾਂ ਸੇ ਪਤਾ ਚਲਾ ਕਿ ਹੋ ਸਕਤਾ ਹੈ ਕੱਲ ਚਾਲੂ ਹੋ ਜਾਏ, ਕੁਛ ਪਤਾ ਨਹੀਂ ਹੈ ਜੀ, ਹੋ ਜਾਂ ਨਾ ਹੋ। ਅੱਛਾ, ਹਾਂ ਜੀ। ਤੋ ਕੈਸੇ ਦੇਖਦੇ ਹੋ ਜੋ ਐਸੇ ਪ੍ਰੋਟੈਸਟ ਕਰ ਰਹੇ ਹੈ, ਬੱਸੇ ਬੰਦ ਕਰ ਰਹੇ ਹੈ, ਬੱਸੇ ਆਮ ਜਨਤਾ ਕੇ ਲਈ ਜੋ ਨਹੀਂ ਅਗਰ ਅਫੋਰਡ ਕਰ ਸਕਤੇ ਆਪਣੀ ਕਾਰ ਵਗੈਰਾ ਤੋ ਬੱਸੋਂ ਕੇ ਸਾਥ ਹੀ ਟਰੈਵਲ ਕਰਤੇ ਹੈ, ਤੋ ਉਨਕੇ ਲਈ ਕਿਤਨਾ ਨੁਕਸਾਨ ਹੋਤਾ ਹੈ? ਹਾਂ, ਬਹੁਤ ਜ਼ਿਆਦਾ ਨੁਕਸਾਨ ਹੋ ਰਹਾ ਹੈ ਜੀ, ਦੂਨਾ ਚਾਰਜ ਦੇਣਾ ਪੜ ਰਹਾ ਹੈ ਜੀ। ਆਪਣਾ ਪਰਸਨਲ ਪਰਸਨਲ ਲੈ ਕੇ ਜਾਏਗੇ ਤੋ ਉਸਮੇ ਦੂਨਾ ਚਾਰਜ ਪੜ ਜਾਤਾ ਹੈ ਜੀ, ਪਰਸਨਲ ਬੁੱਕ ਕਰਕੇ ਜਾਏਗੇ ਜੀ, ਤੋ ਬਹੁਤ ਪ੍ਰੋਬਲਮ ਹੋ ਰਹੀ ਹੈ ਹਮੇ। ਠੀਕ ਹੈ, ਧੰਨਵਾਦ। ਮੈਮ ਨਾਲ ਵੀ ਕੀ ਨਾਮ ਆਪਣਾ? ਨੁਕਸਾਨ ਵੀ ਹੋ ਰਿਹਾ ਕਿਉਂਕਿ ਪੇਪਰ ਹੈ, ਅਗਰ ਨਹੀਂ ਟਾਈਮ ਤੇ ਪਹੁੰਚਾ ਤੋ ਕਿਆ ਹੋਗਾ? ਸੋ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਸੀ। ਫਿਲਹਾਲ ਇੱਕ ਵਾਰੀ ਤੁਹਾਨੂੰ ਫਿਰ ਦੱਸ ਰਹੇ ਹਾਂ ਕਿ ਲੁਧਿਆਣਾ ਦੇ ਜਿਹੜਾ ਬੱਸ ਅੱਡੇ ਤੋਂ ਕੋਈ ਵੀ ਜਿਹੜੀ ਬੱਸ ਇੱਥੇ ਨਹੀਂ ਚੱਲਦੀ ਹੋਈ ਨਜ਼ਰ ਆ ਰਹੀ, ਤੇ ਜਿਹੜੇ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਵੀ ਨੇ ਜਾਂ ਜਿਨ੍ਹਾਂ ਨੇ ਬਾਹਰ ਨਿਕਲਣਾ ਉਹਨਾਂ ਲਈ ਵੀ ਇੱਕ ਸਾਡੇ ਵੱਲੋਂ ਮੈਸੇਜ ਹੈ ਕਿ ਜੇ ਵੀ ਕਿਸੇ ਨੇ ਵੀ ਕੋਈ ਵੀ ਜਿਹੜੀ ਬੱਸ ਦਾ ਜਿਹੜਾ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਜਿਹੜਾ ਇਹ ਖ਼ਬਰ ਜਿਹੜੀ ਤੁਹਾਡੇ ਲਈ ਅੱਜ ਜਿਹੜੀ ਹੈ, ਤੁਹਾਨੂੰ ਕਿਤੇ ਵੀ ਜਾਣ ਲਈ ਜਿਹੜੀ ਆ ਬੱਸ ਵਗੈਰਾ ਨਹੀਂ ਮਿਲੇਗੀ। ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਰ ਕੀ ਨਾਮ ਹੈ ਜੀ? ਜੀ, ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਹੜੀਆਂ ਬੱਸਾਂ ਬੰਦ ਨੇ? ਸਾਰੇ ਬੱਸਾਂ ਲਈ ਆ। ਅੱਛਾ ਸਰ, ਕਿਸ ਤਰ੍ਹਾਂ ਜਿਹੜਾ ਅੱਜ ਜਿਹੜਾ ਸਰਕਾਰ ਨੂੰ ਥੋੜੀ ਅਕਲ ਆਵੇ, ਜੋ ਰੂਲ ਉਹਨੇ ਬਣਾਇਆ ਡਰਾਈਵਰ ਗਰੈਂਟਰ ਵਾਸਤੇ ਬਣਾਇਆ ਜੀ, ਉਹਨਾਂ ਤੋਂ ਫਰਕ ਪੜ ਲੱਗੂਗਾ ਹਿਟ ਐਂਡ ਰਨ ਕਾਨੂੰਨ? ਹਾਂਜੀ ਹਾਂਜੀ, ਵਿਰੋਧ ਕਰ ਰਹੇ ਹੋ? ਇੱਕ ਹੋਰ ਇਹ ਕਾਨੂੰਨ ਹੈ, ਜੇ ਕੋਈ ਸਵਾਰੀ ਬੱਸ ਤੋਂ ਡਿੱਗਦੀ ਹੈ ਸੈਨੇਟਰ ਜ਼ਿੰਮੇਵਾਰ ਹੋਊਗਾ ਜੀ, ਤੇ ਉਹ ਇਹ ਰੂਲ ਬਣ ਚਾਹੀਦੇ ਆ ਸਾਰਾ ਕੁਝ ਬੱਸਾਂ ਵੀ ਮੰਗਾਂ ਪੂਰੀਆਂ ਕਰਨ, ਹੁਣ ਆਧਾਰ ਕਾਰਡ ਚਲਾਇਆ ਪਿਆ, ਇਹਨਾਂ ਬੱਸਾਂ ਨੂੰ ਘਾਟਾ ਪੈਂਦਾ ਪਿਆ। ਕਦ ਤੱਕ ਜਿਹੜੀ ਹੁਣ ਜਿਹੜੀ ਚੱਲ ਪਏਗੀ? ਕੱਲ ਨੂੰ ਚੱਲੂਗੀ, ਅੱਜ ਨਹੀਂ। ਠੀਕ, ਧੰਨਵਾਦ। ਸੋ ਜਿਹੜੇ ਬੱਸ ਕੰਡਕਟਰ ਨੇ ਵੀ ਉਹ ਵੀ ਜਿਹੜੇ ਕਹਿ ਰਹੇ ਕੱਲ ਤੱਕ ਜਿਹੜੀਆਂ ਬੱਸਾਂ ਚੱਲਣਗੀਆਂ, ਹੋਰ ਵੀ ਜਗ੍ਹਾ ਤੇ ਤੁਹਾਨੂੰ ਜਾ ਕੇ ਅਪਡੇਟ ਦਿੰਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ ਜਾਣੇ।